ਆ ਦੇਖੋ ਚੋਰਾਂ ਦਾ ਕਾਰਾ। ਜਦੋਂ ਇਸ ਘੋੜਾ ਟਰੱਕ ਦੇ ਚੋਰ 8 ਟਾਇਰ ਖੋਲ ਕੇ ਲੈ ਗਏ ਤੇ ਟਰੱਕ ਨੂੰ ਇੱਟਾਂ ਦੇ ਸਹਾਰੇ ਖੜਾ ਕਰ ਗਏ ਅਤੇ ਜਦੋਂ ਟਰੱਕ ਮਾਲਕ ਨੇ ਆਪਣਾ ਟਰੱਕ ਵੇਖਿਆ ਤਾਂ ਉਸਦੇ ਹੋਸ਼ ਹੀ ਉੱਡ ਗਏ ਕਿਉਂਕਿ ਟਰੱਕ ਮਾਲਕ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਟਰੱਕ ਮਾਲਕ ਦਾ ਕਹਿਣਾ ਹੈ ਕਿ ਚੋਰਾਂ ਨੇ ਉਸਦੇ ਟਰੱਕ ਦੇ 8 ਟਾਇਰ ਨਟ ਪ੍ਰੈਸ਼ਰ ਦੇ ਨਾਲ ਖੋਲੇ ਨੇ ਕਿਉਂਕਿ ਇਸ ਟਾਇਰ ਦੇ ਨਟ ਇੰਨੀ ਜਲਦੀ ਨਹੀਂ ਖੁੱਲਦੇ ਅਤੇ ਟਰੱਕ ਮਾਲਕ ਨੇ ਪ੍ਰਸ਼ਾਸਨ ਤੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ। ਟਰੱਕ ਮਾਲਕ ਹਰਭਜਨ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਰਾਤ ਉਹ ਆਪਣਾ ਘੋੜਾ ਟਰੱਕ ਕੋਠੀ ਦੇ ਸਾਹਮਣੇ ਖੜਾ ਕਰਕੇ ਗਿਆ ਸੀ ਪਰ ਜਦੋਂ ਉਹਨਾਂ ਨੇ ਸਵੇਰੇ ਉੱਠ ਕੇ ਵੇਖਿਆ ਤਾਂ ਉਹਨਾਂ ਦੇ ਟਰੱਕ ਦੇ ਨਵੇਂ ਟਾਇਰ ਚੋਰ ਖੋਲ ਕੇ ਲੈ ਗਏ ਅਤੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹਨਾਂ ਨੇ ਖੜਕਾ ਵੀ ਨਹੀਂ ਹੋਣ ਦਿੱਤਾ ਅਤੇ ਟਾਇਰ ਰਿਮਾਂ ਸਮੇਤ ਲੈ ਕੇ ਫਰਾਰ ਹੋ ਗਏ ਜਿਸ ਕਾਰਨ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਚੋਰੀ ਹੋਏ ਟਾਇਰ ਜਲਦੀ ਹੀ ਲੱਭੇ ਜਾਣ ਕਿਉਂਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਤੇ ਚੋਰਾਂ ਨੇ ਉਹਨਾਂ ਦੇ ਟਾਇਰ ਕੋਡੀਆਂ ਦੇ ਭਾਅ ਹੀ ਵੇਚਣੇ ਨੇ। 8 ਟਾਇਰ ਚੋਰੀ ਹੋ ਗਿਆ ਸੀ, ਸਲਾਮ ਪ੍ਰਫਾਨ ਕਰਨਾ ਵੀ ਰਹੇ ਨੇ ਜੀ। ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਚੋਰਾਂ ਨੂੰ ਨੱਥ ਪਾਈ ਜਾਵੇ ਅਤੇ 8 ਟਾਇਰ ਚੋਰੀ ਹੋ ਗਏ। ਕੋਈ ਕੈਮਰਾ ਵਗੈਰਾ ਲੱਗੇ ਹੋਏ ਸੀਗੇ? ਕੈਮਰੇ ਲੱਗੇ ਵੀ ਸਾਡੀ ਕੋਠੀ ਸਾਹਮਣੇ ਜੀ। ਹਾਂਜੀ, ਸਾਨੂੰ ਕੋਈ ਰਾਤ ਨੂੰ ਪਤਾ ਨਹੀਂ ਲੱਗਿਆ ਜੀ। ਤਾਂ ਸਰ ਚੋਰਾਂ ਦੇ ਕਿੰਨੇ ਕੁ ਹੌਸਲੇ ਬੁਲੰਦ ਹੈਗੇ, ਕੀ ਕਹਿਣਾ ਚਾਹੁੰਦੇ ਆ? ਚੋਰਾਂ ਦੀ ਚੋਰਾਂ ਨੇ ਹੁਣ ਪਤਾ ਹੀ ਨਹੀਂ ਲੱਗਣ ਦਿਆ ਚੋਰ ਚੋਰੀ ਕਰ ਲਈ ਜੀ। ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਨੁਕਸਾਨ ਜੀ ਸਾਡਾ ਹੋ ਗਿਆ, ਲੱਖਾਂ ਦਾ ਨੁਕਸਾਨ ਹੋ ਗਿਆ। ਆ ਦੇਖੋ ਚੋਰਾਂ ਦਾ ਕਾਰਾ। ਜਦੋਂ ਇਸ ਘੋੜਾ ਟਰੱਕ ਦੇ ਚੋਰ 8 ਟਾਇਰ ਖੋਲ ਕੇ ਲੈ ਗਏ ਤੇ ਟਰੱਕ ਨੂੰ ਇੱਟਾਂ ਦੇ ਸਹਾਰੇ ਖੜਾ ਕਰ ਗਏ ਅਤੇ ਜਦੋਂ ਟਰੱਕ ਮਾਲਕ ਨੇ ਆਪਣਾ ਟਰੱਕ ਵੇਖਿਆ ਤਾਂ ਉਸਦੇ ਹੋਸ਼ ਹੀ ਉੱਡ ਗਏ ਕਿਉਂਕਿ ਟਰੱਕ ਮਾਲਕ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਟਰੱਕ ਮਾਲਕ ਦਾ ਕਹਿਣਾ ਹੈ ਕਿ ਚੋਰਾਂ ਨੇ ਉਸਦੇ ਟਰੱਕ ਦੇ 8 ਟਾਇਰ ਨਟ ਪ੍ਰੈਸ਼ਰ ਦੇ ਨਾਲ ਖੋਲੇ ਨੇ ਕਿਉਂਕਿ ਇਸ ਟਾਇਰ ਦੇ ਨਟ ਇੰਨੀ ਜਲਦੀ ਨਹੀਂ ਖੁੱਲਦੇ ਅਤੇ ਟਰੱਕ ਮਾਲਕ ਨੇ ਪ੍ਰਸ਼ਾਸਨ ਤੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ। ਟਰੱਕ ਮਾਲਕ ਹਰਭਜਨ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਰਾਤ ਉਹ ਆਪਣਾ ਘੋੜਾ ਟਰੱਕ ਕੋਠੀ ਦੇ ਸਾਹਮਣੇ ਖੜਾ ਕਰਕੇ ਗਿਆ ਸੀ ਪਰ ਜਦੋਂ ਉਹਨਾਂ ਨੇ ਸਵੇਰੇ ਉੱਠ ਕੇ ਵੇਖਿਆ ਤਾਂ ਉਹਨਾਂ ਦੇ ਟਰੱਕ ਦੇ ਨਵੇਂ ਟਾਇਰ ਚੋਰ ਖੋਲ ਕੇ ਲੈ ਗਏ ਅਤੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹਨਾਂ ਨੇ ਖੜਕਾ ਵੀ ਨਹੀਂ ਹੋਣ ਦਿੱਤਾ ਅਤੇ ਟਾਇਰ ਰਿਮਾਂ ਸਮੇਤ ਲੈ ਕੇ ਫਰਾਰ ਹੋ ਗਏ ਜਿਸ ਕਾਰਨ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਚੋਰੀ ਹੋਏ ਟਾਇਰ ਜਲਦੀ ਹੀ ਲੱਭੇ ਜਾਣ ਕਿਉਂਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਤੇ ਚੋਰਾਂ ਨੇ ਉਹਨਾਂ ਦੇ ਟਾਇਰ ਕੋਡੀਆਂ ਦੇ ਭਾਅ ਹੀ ਵੇਚਣੇ ਨੇ। 8 ਟਾਇਰ ਚੋਰੀ ਹੋ ਗਿਆ ਸੀ, ਸਲਾਮ ਪ੍ਰਫਾਨ ਕਰਨਾ ਵੀ ਰਹੇ ਨੇ ਜੀ। ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਚੋਰਾਂ ਨੂੰ ਨੱਥ ਪਾਈ ਜਾਵੇ ਅਤੇ 8 ਟਾਇਰ ਚੋਰੀ ਹੋ ਗਏ। ਕੋਈ ਕੈਮਰਾ ਵਗੈਰਾ ਲੱਗੇ ਹੋਏ ਸੀਗੇ? ਕੈਮਰੇ ਲੱਗੇ ਵੀ ਸਾਡੀ ਕੋਠੀ ਸਾਹਮਣੇ ਜੀ। ਹਾਂਜੀ, ਸਾਨੂੰ ਕੋਈ ਰਾਤ ਨੂੰ ਪਤਾ ਨਹੀਂ ਲੱਗਿਆ ਜੀ। ਤਾਂ ਸਰ ਚੋਰਾਂ ਦੇ ਕਿੰਨੇ ਕੁ ਹੌਸਲੇ ਬੁਲੰਦ ਹੈਗੇ, ਕੀ ਕਹਿਣਾ ਚਾਹੁੰਦੇ ਆ? ਚੋਰਾਂ ਦੀ ਚੋਰਾਂ ਨੇ ਹੁਣ ਪਤਾ ਹੀ ਨਹੀਂ ਲੱਗਣ ਦਿਆ ਚੋਰ ਚੋਰੀ ਕਰ ਲਈ ਜੀ। ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਨੁਕਸਾਨ ਜੀ ਸਾਡਾ ਹੋ ਗਿਆ, ਲੱਖਾਂ ਦਾ ਨੁਕਸਾਨ ਹੋ ਗਿਆ।